ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਪਾਲਕ ਪਨੀਰ ਦੀ ਰੈਸਪੀ। ਹਾਂਜੀ, ਇਹ ਪਾਣੀ ਆ ਜਿਹੜਾ ਆਪਾਂ ਨੇ ਉਬਲਣ ਲਈ ਰੱਖਤਾ, ਅਤੇ ਪਾਣੀ ਗਰਮ ਹੋ ਚੁੱਕਿਆ, ਅਤੇ ਜਦੋਂ ਇਹ ਹੋਰ ਜ਼ਿਆਦਾ ਥੋੜ੍ਹਾ ਜਿਹਾ ਹੋਰ ਗਰਮ ਹੋ ਗਿਆ, ਫਿਰ ਆਪਾਂ ਇਹਦੇ ਵਿੱਚ ਪਾਲਕ ਪਾਵਾਂਗੇ। ਹਾਂਜੀ, ਆਹ ਵਾਲੀ ਪਾਲਕ ਆ ਧੋ ਕੇ ਲੈ ਕੇ ਆਈ ਹਾਂ ਹੁਣੀ, ਤੋੜ ਕੇ ਧੋ ਕੇ ਲੈ ਕੇ ਆਈ ਹਾਂ। ਅਤੇ ਹੁਣ ਆਪਾਂ ਇਹਦੇ ਵਿੱਚ ਪਾਲਕ ਨੂੰ ਪਾ ਦਾਂਗੇ ਗਰਮ ਪਾਣੀ ਦੇ ਵਿੱਚ, ਅਤੇ ਇਹਨੂੰ ਆਪਾਂ ਜ਼ਿਆਦਾ ਨਹੀਂ ਉਹ ਕਰਨਾ ਪਕਾਉਣਾ ਹੈਗਾ ਪਾਲਕ ਨੂੰ। ਪਰ ਇਹ ਭਾਂਡਾ ਛੋਟਾ ਸੀ, ਆਪਾਂ ਨੇ ਕੜਾਹੀ ਧਰ ਲਈ, 4 ਗਲਾਸ ਪਾਣੀ ਦੇ ਪਾ ਕੇ ਵਿੱਚ ਆਪਾਂ ਨੇ ਇੱਕ ਪਾਲਕ ਦੀ ਗੁੱਟੀ ਪਾ ਲਈ, ਜਿੰਨੀ ਪਾਲਕ ਹੋਣੀ ਆ ਇਹ ਪਾਲਕ ਦੀ ਗੁੱਟੀ ਜਿੰਨੀ। ਹਾਂਜੀ, ਕਿਉਂਕਿ ਇਹ ਸਾਡੇ ਤਾਂ ਘਰ ਲੱਗੀ ਹੋਈ ਸੀ ਨਾ, ਅਤੇ ਮੈਂ ਉੱਥੋਂ ਹੀ ਕੱਟ ਕੇ ਲਿਆਉਂਦੀ ਹਾਂ। ਹਾਂਜੀ, ਆਹ ਦੇਖੋ ਪਾਲਕ ਆ ਜਿਹੜੀ ਆਪਣੀ ਰਿੱਝਣਾ ਸ਼ੁਰੂ ਹੋ ਗਈ। ਆਪਾਂ ਇੱਦਾਂ ਇੱਦਾਂ ਕਰਕੇ ਇਹਨੂੰ ਹਿਲਾ ਲਾਂਗੇ ਵੀ ਇਹ ਚੰਗੀ ਤਰ੍ਹਾਂ ਪੱਕ ਜਾਵੇ, ਕੱਚੀ ਨਾ ਰਹੇ। ਆਪਾਂ 5-7 ਮਿੰਟ ਹੀ ਉਬਾਲਾਂਗੇ ਪਾਣੀ ਦੇ ਵਿੱਚ। ਦੇਖੋ ਪਾਣੀ ਦਾ ਕਲਰ ਚੇਂਜ ਹੋਣ ਲੱਗਦਾ, ਅਤੇ ਹੁਣ ਆਪਾਂ ਇਹਨੂੰ ਥੋੜ੍ਹਾ ਜਿਹਾ ਹੋਰ ਉਬਾਲਾਂਗੇ, ਇੱਦਾਂ ਢੱਕ ਕੇ ਪਕਾ ਲਾਂਗੇ। ਹਾਂਜੀ, ਆ ਦੇਖੋ ਰਿੱਝਣ ਲੱਗ ਗਈ ਨਾ, ਅਤੇ ਹਾਂਜੀ ਇੱਦਾਂ ਇੱਦਾਂ ਹਿਲਾਈ ਜਾਵਾਂਗੇ ਆਪਾਂ ਇਹਨੂੰ ਪਾਲਕ ਨੂੰ, ਇਸੇ ਪਾਣੀ 'ਚ ਚੰਗੀ ਤਰ੍ਹਾਂ ਉਬਾਲਾਂਗੇ 5 ਕੁ ਮਿੰਟ, ਬਸ 5-7 ਮਿੰਟ। 3 ਕੁ ਉਬਾਲੀਆਂ ਦਵਾਵਾਂਗੇ ਇਹਦੇ ਵਿੱਚ ਪਾਲਕ ਨੂੰ। ਆਪਾਂ ਨੇ ਜ਼ਿਆਦਾ ਨਹੀਂ ਪਕਾਉਣਾ, ਕਿਉਂਕਿ ਜੇ ਆਪਾਂ ਨੇ ਜ਼ਿਆਦਾ ਪਕਾ ਲਿਆ ਪਾਲਕ ਨੂੰ, ਫਿਰ ਇਹਦਾ ਪਾਲਕ ਦਾ ਜਿਹੜਾ ਰੰਗ ਆ ਉਹ ਕਾਲਾ ਪੈ ਜੂਗਾ। ਹਾਂਜੀ, ਆ ਦੇਖੋ ਰਿੱਝਣ ਲੱਗ ਗਈ, ਅਤੇ ਜਦੋਂ ਇਹ ਸੌਫਟ ਜਿਹੇ ਹੋ ਗਏ ਪੱਤੇ, ਨਾਲ ਦੀ ਨਾਲ ਆਪਾਂ ਇਹਨੂੰ ਕੱਢ ਲਾਂਗੇ ਬਾਹਰ। ਹਾਂਜੀ, ਆਪਾਂ ਕੱਢ ਕੇ ਇਹਨੂੰ ਗ੍ਰਾਈਂਡ ਠੰਡੇ ਪਾਣੀ ਦੇ ਵਿੱਚ ਪਾਵਾਂਗੇ, ਬਿਲਕੁਲ ਹੀ ਚਿਲਡ ਵਾਟਰ। ਹਾਂਜੀ, ਉਹ ਦੇਖੋ ਉਹਦੇ 'ਚ ਮੈਂ ਬਰਫ਼ ਪਾਈ ਹੋਈ ਆ, ਅਤੇ ਉਹ ਬਹੁਤ ਠੰਡਾ ਪਾਣੀ ਆ, ਕਿਉਂਕਿ ਠੰਡੇ ਪਾਣੀ ਦੇ ਵਿੱਚ ਆਪਾਂ ਨੇ ਪਾਲਕ ਨੂੰ ਤਾਂ ਪਾਇਆ ਕਿਉਂਕਿ ਇਹਦਾ ਕਲਰ ਜਿਹੜਾ ਗ੍ਰੀਨ ਆ ਇਹ ਇੱਦਾਂ ਹੀ ਰਹੂਗਾ ਠੰਡੇ ਪਾਣੀ ਕਰਕੇ। ਜੇ ਆਪਾਂ ਇਹਨੂੰ ਇੱਦਾਂ ਹੀ ਜਾ ਕੇ ਗ੍ਰਾਈਂਡਰ 'ਚ ਪਾ ਦਿੰਦੇ ਤਾਂ ਇਹਦਾ ਕਲਰ ਥੋੜ੍ਹਾ ਜਿਹਾ ਬਲੈਕਿਸ਼ ਹੋ ਜਾਣਾ ਸੀ। ਹਾਂਜੀ, ਹੁਣ ਆਪਾਂ ਗ੍ਰਾਈਂਡਰ ਦੇ ਵਿੱਚ ਮਿਰਚਾਂ ਪਾ ਲਈਆਂ 6, ਅਤੇ ਹੁਣ ਆਪਾਂ ਪਾ ਦਾਂਗੇ ਪਾਲਕ ਗ੍ਰਾਈਂਡ ਕਰਨ ਲਈ। ਅਤੇ ਇਹਨੂੰ ਆਪਾਂ ਜ਼ਿਆਦਾ ਨਹੀਂ ਉਹ ਕਰਨਾ ਹੈਗਾ ਪਾਲਕ ਨੂੰ ਨਿਚੋੜਨਾ ਜਿਹਾ ਪਾਣੀ, ਇਹਦਾ ਬਿਲਕੁਲ ਥੋੜ੍ਹਾ ਜਿਹਾ ਹੀ ਪਾਣੀ ਨਿਚੋੜਨਾ। ਤਾਂ ਆਪਾਂ ਸਾਰੀ ਗ੍ਰਾਈਂਡਰ ਦੇ ਵਿੱਚ ਪਾ ਕੇ, ਹਾਂਜੀ ਆ ਦੇਖੋ ਗ੍ਰਾਈਂਡ ਕਰ ਲਈ ਆਪਾਂ ਨੇ ਪਾਲਕ, ਅਤੇ ਹਰੀ ਮਿਰਚ ਦਾ ਪੇਸਟ ਹੋ ਗਿਆ ਤਿਆਰ। ਦੇਖੋ ਕਿੰਨਾ ਸੋਹਣਾ ਕਲਰ ਆਇਆ ਇਹਦਾ। ਹਾਂਜੀ, ਇਹਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ ਜੀ, ਇਹਦੇ 'ਚ ਥੋੜ੍ਹਾ ਜਿਹਾ ਪਾਣੀ ਪਾ ਲਿਆ ਜੀ। 1 ਚਮਚ ਆਪਾਂ ਇੱਕ ਕੜਛੀ ਆਪਾਂ ਤੇਲ ਦੀ ਪਾਈ ਸੀ, ਸੋਰੀ, ਅਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲਿਆ ਜੀਰਾ। ਹੁਣ ਆਪਾਂ ਲਸਣ ਅਤੇ ਪਿਆਜ਼ ਦਾ ਪੇਸਟ ਆਪਾਂ ਨੇ ਗ੍ਰਾਈਂਡ ਕਰ ਲਿਆ, ਇਹਨੂੰ ਪਾਵਾਂਗੇ। ਇਹ ਮੈਂ 4 ਪਿਆਜ਼ ਪਾਏ ਸੀ ਅਤੇ ਥੋੜ੍ਹਾ ਜਿਹਾ ਲਸਣ ਸੀਗਾ, 10-12 ਕੁ ਲਸਣ ਦੀਆਂ ਗੰਢੀਆਂ, ਅਤੇ ਆਪਾਂ ਪੇਸਟ ਇਹਦੇ ਵਿੱਚ ਪਾ ਦਾਂਗੇ ਫਰਾਈ ਹੋਣ ਲਈ ਕੜਾਹੀ 'ਚ। ਅਤੇ ਆਹ 3 ਆਪਾਂ ਲਾਲ ਮਿਰਚਾਂ ਪਾ ਦਾਂਗੇ ਸੁੱਕੀਆਂ ਹੋਈਆਂ, ਇਹਨਾਂ ਨੂੰ ਵੀ ਵਿੱਚ ਹੀ ਫਰਾਈ ਕਰ ਲਾਂਗੇ। ਹਾਂਜੀ, ਇਹਨਾਂ ਨਾਲ ਪਾਲਕ ਪਨੀਰ ਬਹੁਤ ਵਧੀਆ ਬਣਦਾ, ਸੁੱਕੀ ਨਾਲ, ਸੁੱਕੀ ਲਾਲ ਮਿਰਚ ਨਾਲ।
ਹਾਂਜੀ, ਇਹ ਜਿਹੜਾ ਪੇਸਟ ਹੈ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਫਰਾਈ ਕਰਾਂਗੇ ਬਰਾਊਨ ਹੋਣ ਤੱਕ, ਅਦਰਕ ਲਸਣ ਦੇ ਪੇਸਟ ਨੂੰ। ਹਾਂਜੀ, ਆ ਦੇਖੋ ਬਰਾਊਨ ਹੋ ਗਿਆ। ਹੁਣ ਆਪਾਂ ਇਹਦੇ ਵਿੱਚ 1 ਚਮਚ ਘਿਓ ਦਾ ਪਾਤਾ, ਅਤੇ ਇਹ ਆਪਾਂ ਨੂੰ ਜੇ ਆਪਣੇ ਕੋਲ ਮੱਖਣ ਨਹੀਂ ਹੈਗਾ ਤਾਂ ਆਪਾਂ ਘਿਓ ਵੀ ਪਾ ਸਕਦੇ ਹਾਂ, ਤਾਜ਼ਾ ਦੇਸੀ। ਆ ਦੇਖੋ ਮੱਖਣ ਵਰਗਾ ਟੇਸਟ ਦੋ। ਹਾਂਜੀ, ਹੁਣ ਆਪਾਂ ਸਾਰੇ ਮਸਾਲੇ ਪਾਵਾਂਗੇ। 2 ਚਮਚ ਆਪਾਂ ਹਲਦੀ ਦੇ ਪਾ ਲਏ। ਹੁਣ ਆਪਾਂ ਥੋੜ੍ਹੀ ਜਿਹੀ ਪਾ ਲਵਾਂਗੇ ਲਾਲ ਮਿਰਚ। ਪਿੰਚ ਕੁ ਜਿੰਨੀ, ਜ਼ਿਆਦਾ ਨਹੀਂ, ਕਿਉਂਕਿ ਆਪਾਂ ਪਹਿਲਾਂ ਹੀ ਹਰੀ ਮਿਰਚ ਪਾ ਚੁੱਕੇ ਹਾਂ। ਲਾਲ ਮਿਰਚ ਪਾਵਾਂਗੇ ਥੋੜ੍ਹੀ ਜਿਹੀ, ਪਹਿਲਾਂ ਹੀ ਆਪਾਂ ਹਰੀ ਮਿਰਚ ਪਾ ਚੁੱਕੇ ਹਾਂ ਅਤੇ ਆਪਾਂ ਥੋੜ੍ਹੀ ਜਿਹੀ ਲਾਲ ਮਿਰਚ ਪਾ ਲਈ। ਹੁਣ ਆਪਾਂ ਪਾਵਾਂਗੇ ਗਰਮ ਮਸਾਲਾ 1/2 ਚਮਚ ਛੋਟਾ। ਬਾਕੀ ਨਮਕ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵੀ ਪਾ ਸਕਦੇ ਹੋ। ਇਹ ਆਪਾਂ ਮੇਥੀ ਪਾਵਾਂਗੇ 1 ਚਮਚ, ਘਰੇ ਬਣਾਈ ਹੋਈ ਆ, ਤਿਆਰ ਕੀਤੀ ਹੋਈ ਆ ਇਹ। ਅਤੇ ਹਾਂਜੀ, ਇਹ ਆਪਾਂ ਨੇ ਜਿਹੜਾ ਪੇਸਟ ਸੀਗਾ ਪਾਲਕ ਦਾ, ਉਹ ਆਪਾਂ ਨੇ ਕੜਾਹੀ ਦੇ ਵਿੱਚ ਪਾ ਲਿਆ ਪਕਾਉਣ ਲਈ। ਹਾਂਜੀ, ਹੁਣ ਆਪਾਂ ਇਹਨੂੰ ਪਕਾਉਂਦੇ 2 ਮਿੰਟ ਹੋ ਗਏ, ਹੁਣ ਆਪਾਂ ਇਹ 'ਚ ਪਨੀਰ ਪਾ ਦਾਂਗੇ। ਹਾਂਜੀ, ਇਹ ਪਨੀਰ ਵੀ ਮੈਂ ਘਰ ਹੀ ਤਿਆਰ ਕੀਤਾ ਸੀ। ਹਾਂਜੀ, ਦੇਖੋ ਕਿੰਨਾ ਸੌਫਟ ਸੌਫਟ ਆ। ਹਾਂਜੀ, ਹੁਣ ਆਪਾਂ ਇਹਨੂੰ ਇੱਦਾਂ ਹੀ 2 ਕੁ ਮਿੰਟ ਹੋਰ ਉਹ ਕਰਾਂਗੇ, ਪਕਾਵਾਂਗੇ। ਅਤੇ 1 ਚਮਚ ਨਮਕ ਦਾ ਦੂਸਰਾ ਚਮਚ, 2 ਚਮਚ ਨਮਕ ਪਾਤੇ ਆਪਾਂ ਨੇ ਇਹਦੇ ਵਿੱਚ। ਹੁਣ ਆਪਾਂ 1/2 ਗਲਾਸ ਪਾ ਦਾਂਗੇ ਇਹਦੇ ਵਿੱਚ ਪਾਣੀ ਦਾ, ਕਿਉਂਕਿ ਇਹਦੀ ਗ੍ਰੇਵੀ ਬਣ ਜੂਗੀ, ਨਾਲੇ ਨਾਲੇ ਜਿਹੜਾ ਪਨੀਰ ਪਾਇਆ ਉਹਦੇ ਵਿੱਚ ਆਹ ਜਿਹੜੇ ਮਸਾਲੇ ਪਾਏ ਨੇ ਆਪਾਂ ਨੇ ਉਹ ਉਹਦੇ ਵਿੱਚ ਰਚ ਜਾਣਗੇ, ਨਾਲੇ ਆਪਣਾ ਗ੍ਰੇਵੀ ਵਧੀਆ ਬਣ ਜੂਗੀ। ਹਾਂਜੀ, ਆ ਦੇਖੋ ਜੀ ਇਹ ਵਾਲੀ ਸਬਜ਼ੀ ਬਣ ਕੇ ਰੈਡੀ ਆ। ਪਰ ਹੁਣ ਆਪਾਂ ਇਹ 'ਤੇ ਥੋੜ੍ਹੀ ਜਿਹੀ ਕਰੀਮ ਪਾਵਾਂਗੇ। ਹਾਂਜੀ, ਆ 3 ਚਮਚ ਕਰੀਮ ਦੇ ਪਾਤੇ ਮੈਂ, ਦੇਖੋ ਕਿੰਨਾ ਸੋਹਣਾ ਕਲਰ ਆ ਰਿਹਾ। ਕਰੀਮ ਨਾਲ ਬਹੁਤ ਵਧੀਆ ਬਣਦੀ ਆ। ਹਾਂਜੀ, ਪਾਲਕ ਪਨੀਰ ਬਹੁਤ ਵਧੀਆ ਕਲਰ ਆਇਆ, ਦੇਖੋ ਹਾਂਜੀ ਬਣ ਕੇ ਰੈਡੀ ਆ। ਹਾਂਜੀ, ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ, ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਹਾਂਜੀ, ਅਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ। ਹਾਂਜੀ, ਤਾਂ ਕਿ ਸਾਨੂੰ ਪਤਾ ਲੱਗੇ ਵੀ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਆ। ਜੀ ਆ ਦੇਖੋ ਬਣ ਕੇ ਰੈਡੀ ਆ, ਅਤੇ ਇਹਦੇ ਵਿੱਚ ਵੀ ਕਰੀਮ ਹੋਰ ਪਾਤੀ ਆਪਾਂ ਨੇ। ਅਤੇ ਅੱਗੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅੱਗੇ ਵੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਵੱਧ ਤੋਂ ਵੱਧ ਇਸ ਚੈਨਲ ਨਾਲ ਲੋਕ ਜੁੜ ਸਕਣ। ਅਤੇ ਵੀਡੀਓ ਦੇਖਣ ਲਈ ਧੰਨਵਾਦ।